ਸਤਿ ਸ਼੍ਰੀ ਅਕਾਲ ਗਲੋਬਲ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਜਤਿੰਦਰ ਕੌਰ ਲੈ ਕੇ ਹਾਸਰਾਂ ਵਰਲਡ ਅਪਡੇਟ ਖਬਰਾਂ ਦੀ ਸ਼ੁਰੂਆਤ ਵੱਡੀ ਖਬਰ ਤੋਂ ਕਰਦੇ ਹਾਂ ਵੀਅਤਨਾਮ ਦੇ ਕੋਨ ਤੁਮ ਸੂਬੇ ਦੇ ਵਿੱਚ ਲੰਘੇ ਕੱਲ ਕਈ ਪੁਚਾਲ ਆਈ ਇੱਕ ਤੋਂ ਬਾਅਦ ਇੱਕ ਕੁੱਲ 5 ਝਟਕੇ ਪੁਚਾਲ ਦੇ ਮਹਿਸੂਸ ਕੀਤੇ ਗਏ ਪਹਿਲਾ ਪੁਚਾਲ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ 10:00 ਵਜੇ 11 ਮਿੰਟ ਤੇ ਮਹਿਸੂਸ ਕੀਤਾ ਗਿਆ ਜਿਸ ਦੀ ਤੀਬਰਤਾ 4.0 ਮਾਪੀ ਗਈ ਤੇ 8.1 ਕਿਲੋਮੀਟਰ ਦੀ ਡੂੰਘਾਈ ਤੇ ਸੀ ਜਾਣਕਾਰੀ ਮੁਤਾਬਕ ਪਹਿਲੇ ਝਟਕੇ ਦੇ 1 ਘੰਟੇ ਬਾਅਦ 3.3, 2.8, 2.5 ਤੇ 3.7 ਤੀਬਰਤਾ ਦੇ ਝਟਕੇ ਮਹਿਸੂਸ ਕੀਤੇ ਗਏ ਤੇ ਇਹਨਾਂ ਦੀ ਡੂੰਘਾਈ 8 ਕਿਲੋਮੀਟਰ ਤੋਂ 10 ਕਿਲੋਮੀਟਰ ਦੇ ਵਿਚਕਾਰ ਮਾਪੀ ਗਈ ਇੰਸਟੀਚਿਊਟ ਆਫ ਜੀਓਫਿਜ਼ਿਕਸ ਦੇ ਡਾਇਰੈਕਟਰ ਨੇ ਕਿਹਾ ਕਿ ਭੂਚਾਲ ਦੀ ਨਿਗਰਾਨੀ ਜਾਰੀ ਹੈ ਹਾਲਾਂਕਿ ਇਸ ਭੂਚਾਲ ਦੇ ਕਾਰਨ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਵੀ ਖਬਰ ਨਹੀਂ ਮਿਲੀ ਇਹਨਾਂ ਝਟਕਿਆਂ ਤੋਂ ਕੋਈ ਤਬਾਹੀ ਦਾ ਖਤਰਾ ਨਹੀਂ ਸੀ ਤੁਹਾਨੂੰ ਦੱਸਦੀ ਹੈ ਕਿ ਫਰਵਰੀ 2021 ਤੋਂ ਇਸ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭੁਚਾਲ ਦੇ ਝਟਕਿਆਂ ਦੇ ਵਿੱਚ ਲਗਾਤਾਰ ਵਾਧਾ ਹੋਇਆ ਹੈ ਇਸ ਖੇਤਰ ਦੇ ਵਿੱਚ ਸਭ ਤੋਂ ਵੱਧ ਤੀਬਰਤਾ ਅਗਸਤ 2022 ਦੇ ਵਿੱਚ ਆਈ ਸੀ ਜਿਸ ਦੀ ਤੀਬਰਤਾ 4.7 ਦਰਜ ਕੀਤੀ ਗਈ ਸੀ ਪਾਕਿਸਤਾਨ ਦੇ ਵਿੱਚ ਅੱਜ ਵੀਰਵਾਰ ਨੂੰ ਹੋਣ ਵਾਲੀਆਂ ਆਮ ਚੋਣਾਂ ਦੇ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਵੋਟਾਂ ਪੈਣ ਦਾ ਅਮਲ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕਿਆ ਤੇ ਬਿਨਾਂ ਰੁਕੇ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ ਰੇਡੀਓ ਪਾਕਿਸਤਾਨ ਦੀ ਖਬਰ ਦੇ ਮੁਤਾਬਕ ਵੋਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਕਰੀਬ 6,50,000 ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਇਹਨਾਂ ਦੇ ਵਿੱਚ ਪੁਲਿਸ ਮੁਲਾਜ਼ਮ, ਸਿਵਲ ਹਥਿਆਰਬੰਦ ਬਲਾਂ ਤੇ ਹਥਿਆਰਬੰਦ ਬਲਾਂ ਦੇ ਮੁਲਾਜ਼ਮ ਸ਼ਾਮਲ ਨੇ ਤਿੰਨ ਪਰਤਾਂ ਵਾਲੀ ਇਸ ਸੁਰੱਖਿਆ ਪ੍ਰਣਾਲੀ ਦੇ ਵਿੱਚ ਹਥਿਆਰਬੰਦ ਬਲਾਂ ਦੇ ਜਵਾਨ ਪੋਲਿੰਗ ਸਟੇਸ਼ਨਾਂ ਦੇ ਬਾਹਰ ਤਾਇਨਾਤ ਕੀਤੇ ਗਏ ਨੇ ਇਸੇ ਦੌਰਾਨ ਅਧਿਕਾਰੀ ਪੋਲਿੰਗ ਸਟੇਸ਼ਨ ਸਥਾਪਿਤ ਕਰਨ ਦੇ ਵਿੱਚ ਰੁੱਝੇ ਰਹੇ ਜੋ 12.85 ਕਰੋੜ ਤੋਂ ਵੱਧ ਵੋਟਰ ਆਮ ਚੋਣਾਂ ਦੇ ਵਿੱਚ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਬਿਨਾਂ ਕਿਸੇ ਡਰ ਤੋਂ ਕਰ ਸਕਣ ਦੇਸ਼ ਦੇ ਅਸ਼ਾਂਤ ਸੂਬੇ بلوچستان ਦੇ ਵਿੱਚ ਚੋਣ ਦਫ਼ਤਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਦੋ ਧਮਾਕਿਆਂ ਦੇ ਕਾਰਨ ਸੁਰੱਖਿਆ ਦੇ ਵਿੱਚ ਵਾਅਦਾ ਕਰਨਾ ਹੋਰ ਵੀ ਜ਼ਰੂਰੀ ਬਣ ਗਿਆ ਸੀ ਪਾਕਿਸਤਾਨ ਚੋਣ ਕਮਿਸ਼ਨ ਦੇ ਮੁਤਾਬਕ ਆਮ ਚੋਣਾਂ ਦੇ ਲਈ 5121 ਉਮੀਦਵਾਰ ਚੋਣ ਮੈਦਾਨ ਵਿਚ ਨੇ ਜਿਨ੍ਹਾਂ ਦੇ ਵਿੱਚ 4807 ਪੁਰਸ਼ ਤੇ 312 ਮਹਿਲਾਵਾਂ ਸ਼ਾਮਲ ਨੇ ਇਹਨਾਂ ਚੋਣਾਂ ਦੌਰਾਨ 12 ਕਰੋੜ 85 ਲੱਖ 85760 ਯੋਗ ਵੋਟਰ ਆਪਣੇ ਵੋਟ ਦਾ ਇਸਤੇਮਾਲ ਕਰਨਗੇ ਇਸ ਤੋਂ ਇਲਾਵਾ ਚਾਰ ਪ੍ਰਾਂਤਾਂ ਦੀਆਂ ਅਸੈਂਬਲੀਆਂ ਦੇ ਲਈ 12695 ਉਮੀਦਵਾਰ ਮੈਦਾਨ ਦੇ ਵਿੱਚ ਨੇ ਜਿਨ੍ਹਾਂ ਦੇ ਵਿੱਚ 12123 ਪੁਰਸ਼ ਨੇ 570 ਮਹਿਲਾਵਾਂ ਤੇ ਦੋ ਸਮਲਿੰਗੀ ਸ਼ਾਮਲ ਨੇ ਅਫਗਾਨਿਸਤਾਨ ਅਤੇ ਰਾਂਦੀ ਸਰਹੱਦ ਦੇ ਨਾਲ ਲੱਗਦੇ ਆਸ਼ਾਂਤ ਬਲੂਚਿਸਤਾਨ ਸੂਬੇ ਦੇ ਵਿੱਚ ਆਮ ਚੋਣਾਂ ਤੋਂ ਇੱਕ ਦਿਨ ਪਹਿਲਾਂ ਬੁੱਧਵਾਰ ਨੂੰ ਚੋਣ ਦਫ਼ਤਰਾਂ ਨੂੰ ਨਿਸ਼ਾਨਾ ਬਣਾ ਕੇ ਦੋ ਬੰਬ ਧਮਾਕੇ ਕੀਤੇ ਗਏ ਦੱਸਿਆ ਕਿ ਇਹਨਾਂ ਬੰਬ ਧਮਾਕਿਆਂ ਦੇ ਵਿੱਚ ਘੱਟੋ-ਘੱਟ 25 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਤੇ 42 ਲੋਕ ਜ਼ਖਮੀ ਹੋ ਗਏ ਪਹਿਲੀ ਘਟਨਾ ਦੇ ਵਿੱਚ ਪਿਸ਼ਨ ਜ਼ਿਲ੍ਹੇ ਦੇ ਆਜ਼ਾਦ ਉਮੀਦਵਾਰ ਅਸਫੰਦੀਆਰ ਖਾਨ ਕੱਕੜ ਦੇ ਦਫ਼ਤਰ ਦੇ ਬਾਹਰ ਇੱਕ ਜ਼ੋਰਦਾਰ ਧਮਾਕਾ ਹੋਇਆ ਦੱਸਿਆ ਕਿ ਇਸ ਧਮਾਕੇ ਦੇ ਵਿੱਚ 20 ਵਿਅਕਤੀਆਂ ਦੀ ਮੌਤ ਹੋ ਗਈ ਤੇ 30 ਹੋਰ ਜ਼ਖਮੀ ਹੋ ਗਏ ਉਸ ਤੋਂ ਬਾਅਦ ਇੱਕ ਘੰਟੇ ਤੋਂ ਵੀ ਘੱਟ ਸਮੇਂ ਦੇ ਅੰਦਰ ਕਿਲਾ ਅਬਦੁੱਲਾ ਖੇਤਰ ਦੇ ਵਿੱਚ ਜਮiyet ਉਲੇਮਾ ਇਸਲਾਮ ਪਾਕਿਸਤਾਨ ਦੇ ਚੋਣ ਦਫ਼ਤਰ ਦੇ ਬਾਹਰ ਇੱਕ ਹੋਰ ਬੰਬ ਧਮਾਕਾ ਹੋਇਆ ਜਿਸ ਦੇ ਵਿੱਚ 8 ਵਿਅਕਤੀਆਂ ਦੀ ਮੌਤ ਹੋ ਗਈ ਤੇ 12 ਵਿਅਕਤੀ ਜ਼ਖਮੀ ਹੋ ਗਏ ਬਲੋਚਿਸਤਾਨ ਦੇ ਪੰਜਗੁਰ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਅਬਦੁੱਲਾ ਜ਼ਹਿਰੀ ਨੇ ਦੱਸਿਆ ਕਿ ਇੱਕ ਬੈਗ ਦੇ ਵਿੱਚ ਬੰਬ ਰੱਖਿਆ ਹੋਇਆ ਸੀ ਜਿਸ ਦੇ ਵਿੱਚ ਟਾਈਮਰ ਲੱਗਿਆ ਹੋਇਆ ਸੀ ਕੁੱਝ ਜ਼ਖਮੀਆਂ ਦੀ ਹਾਲਤ ਗੰਭੀਰ ਹੈ ਤੇ ਉਹਨਾਂ ਨੂੰ ਇਲਾਜ ਦੇ ਲਈ ਕੋਇਟਾ ਲਜਾਇਆ ਗਿਆ ਉਹਨਾਂ ਦਾ ਕਹਿਣਾ ਸੀ ਕਿ ਧਮਾਕਿਆਂ ਦੇ ਵਿੱਚ ਜ਼ਖਮੀ ਹੋਣ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਦੱਸਿਆ ਕਿ ਮੰਗਲਵਾਰ ਨੂੰ ਵੀ ਸਵੇਰੇ ਦੇ ਵਕਫਾ ਇਲਾਕੇ ਦੇ ਵਿੱਚ ਸੁਰੱਖਿਆ ਚੌਕੀਆਂ ਚੋਣ ਪ੍ਰਚਾਰ ਦਫ਼ਤਰਾਂ ਤੇ ਰੈਲੀਆਂ ਤੇ 10 ਗ੍ਰਨੇਡ ਹਮਲੇ ਕੀਤੇ ਗਏ ਐਤਵਾਰ ਤੋਂ ਲੈ ਕੇ ਹੁਣ ਤੱਕ ਸੂਬੇ ਦੇ ਵਿੱਚ ਅਜੇਹੇ ਕਰੀਬ 50 ਹਮਲੇ ਹੋ ਚੁੱਕੇ ਨੇ ਤੇ ਸਤੇਵੀ ਕਸਬੇ ਦੇ ਵਿੱਚ ਇੱਕ ਘਟਨਾ ਦੇ ਵਿੱਚ ਹਮਲਾਵਰਾਂ ਨੇ ਨੈਸ਼ਨਲ ਅਸੈਂਬਲੀ ਦੇ ਲਈ ਪਾਕਿਸਤਾਨ ਤਹਿਰੀਕ ਇਨਸਾਫ ਦੇ ਉਮੀਦਵਾਰ ਦੀ ਚੋਣ ਰੈਲੀ ਨੂੰ ਵੀ ਨਿਸ਼ਾਨਾ ਬਣਾਇਆ ਜਿਸ ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਸੀ ਤੇ 6 ਲੋਕ ਜ਼ਖਮੀ ਹੋ ਗਏ ਸਨ ਨੇ ਯੂਕਰੇਨ ਦੇ ਵਿੱਚ ਕ੍ਰੂਜ਼ ਤੇ ਬੈਲਿਸਟਿਕ ਮਿਜ਼ਾਈਲਾਂ ਤੇ ਸ਼ਾਹੀਦ ਕਿਸਮ ਵਰਗੇ ਡਰੋਨਾਂ ਦੇ ਨਾਲ ਅੱਜ ਹਮਲੇ ਕੀਤੇ ਨੇ ਜਿਨ੍ਹਾਂ ਦੇ ਵਿੱਚ ਤਿੰਨ ਆਮ ਨਾਗਰਿਕ ਹਲਾਕ ਹੋ ਗਏ ਤੇ 10 ਹੋਰ ਜ਼ਖਮੀ ਹੋ ਗਏ ਇਹ ਹਮਲੇ ਕੀਵ ਸਮੇਤ ਤਿੰਨ ਵੱਡੇ ਸ਼ਹਿਰਾਂ ਦੇ ਵਿੱਚ ਉਦੋਂ ਕੀਤੇ ਗਏ ਜਦੋਂ ਯੂਰੋਪੀਅਨ ਯੂਨੀਅਨ ਦੇ ਸਿਖਰਲੇ ਆਗੂ ਜੋਸੇਫ ਵੋਰਲ ਰਾਸਤਾਨੀ ਦੇ ਦੌਰੇ ਤੇ ਨੇ ਵੋਰਲ ਵੱਲੋਂ ਯੂਕਰੇਨ ਨੂੰ ਫੌਜੀ ਤੇ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਯੂਕਰੇਨੀ ਫੌਜ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਚੌਹੜ ਦੇ ਵਿੱਚੋਂ 44 ਡਰੋਨਾਂ ਨੂੰ ਫੜ ਦਿੱਤਾ ਜੋ ਸਵੇਰੇ ਵੇਲੇ ਦਾਗੇ ਗਏ ਸਨ ਯੂਕਰੇਨ ਦੇ ਰਾਸ਼ਟਰਪਤੀ ਬਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਕੀਵ ਦੇ ਵਿੱਚ 2 ਵਿਅਕਤੀ ਮਾਰੇ ਗਏ ਨੇ ਮੇਅਰ ਵਿਟਾਲੀ ਨੇ ਕਿਹਾ ਕਿ ਹਮਲੇ ਦੇ ਵਿੱਚ ਇੱਕ ਗਰਭਵਤੀ ਮਹਿਲਾ ਸਮੇਤ 13 ਵਿਅਕਤੀ ਜ਼ਖਮੀ ਹੋਏ ਨੇ ਖੇਤਰੀ ਗਵਰਨਰ ਵਿਟਾਲੀ ਕਿਮਨੇ ਨੇ ਕਿਹਾ ਕਿ ਮਾਈਕਲੋਵ ਦੇ ਵਿੱਚ ਹਮਲੇ ਦੌਰਾਨ ਇੱਕ ਵਿਅਕਤੀ ਮਾਰਿਆ ਗਿਆ ਜਦਕਿ 20 ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਕੀਵ ਜ਼ਿਲ੍ਹਿਆਂ ਦੇ ਵਿੱਚ ਕਈ ਥਾਵਾਂ 'ਤੇ ਅਪਾਰਟਮੈਂਟ ਇਮਾਰਤਾਂ ਦੇ ਵਿੱਚ ਅੱਗ ਲੱਗੀ 2 ਪਾਵਰ ਲਾਈਨਾਂ ਨੁਕਸਾਨੇ ਜਾਣ ਕਰਕੇ ਕੀਵ ਦੇ ਪੂਰਬੀ ਹਿੱਸੇ ਦੇ ਵਿੱਚ ਕੁਝ ਥਾਵਾਂ 'ਤੇ ਬਿਜਲੀ ਬੰਦ ਹੋ ਗਈ ਖੇਤਰੀ ਗਵਰਨਰ 올레ਹ ਸਿਨੀ ਬੋਬ ਨੇ ਕਿਹਾ ਕਿ ਖਾਰਕੀਬ ਦੇ ਵਿੱਚ S300 ਮਿਜ਼ਾਈਲ ਦੇ ਹਮਲੇ ਦੇ ਵਿੱਚ 52 ਵਰਿਆਂ ਦੀ ਇੱਕ ਬਹਿਲਾ ਚੱਕਮੀ ਹੋ ਗਈ। ਲਵੇਬ ਖਿਤੇ ਦੇ ਵਿੱਚ ਵੀ ਮਿਜ਼ਾਈਲਾਂ ਦੇ ਹਮਲੇ ਦੇ ਵਿੱਚ ਕੁਝ ਥਾਵਾਂ ਤੇ ਅਕਲਾ ਗਈ। ਵਿਦੇਸ਼ਾਂ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਦਾ ਸਿਲਸਲਾ ਲਗਾਤਾਰ ਚੱਲ ਰਿਹਾ ਹੈ ਅਮਰੀਕਾ ਦੇ ਵਿੱਚ ਭਾਰਤੀ ਵਿਦਿਆਰਥੀਆਂ ਤੇ ਇੱਕ ਤੋਂ ਬਾਅਦ ਇੱਕ ਹਮਲੇ ਦੀਆਂ ਪਰੇਸ਼ਾਨ ਕਰਨ ਵਾਲੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਇੰਡੀਆਨਾ ਸੂਬੇ ਦੀ ਪ੍ਰਸਿੱਧ ਪਾਰਡੀਓ ਯੂਨੀਵਰਸਿਟੀ ਦੇ ਵਿੱਚ ਡਾਕਟੋਰੇਟ ਦੀ ਇੱਕ ਭਾਰਤੀ ਵਿਦਿਆਰਥੀ ਦੀ ਲਾਸ਼ ਮਿਲੀ ਹੈ ਖਬਰ ਏਜੰਸੀ ਦਾ ਪਾਰਡੀਓ ਐਕਸਪੋਨੈਂਟ ਮੁਤਾਬਕ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ ਡਾਕਟੋਰੇਟ ਦੀ ਪੜ੍ਹਾਈ ਕਰ ਰਿਹਾ 23 ਸਾਲ ਅਸ਼ਮੀਰ ਕਾਮਤ ਸੋਮਵਾਰ ਨੂੰ ਵਾਰਨ ਕਾਉਂਟੀ ਦੇ ਵਿੱਚ ਮ੍ਰਿਤਕ ਪਾਇਆ ਗਿਆ ਏਜੰਸੀ ਨੇ ਵਾਰਨ ਕਾਉਂਟੀ ਕੋਰੋਨਰ ਜਸਟਿਸ ਬੋਰਮੈਂਟ ਦੇ ਹਵਾਲੇ ਦੇ ਨਾਲ ਦੱਸਿਆ ਕਿ ਕਾਮਤ ਦੀ ਲਾਸ਼ ਕ੍ਰੋਸ ਗਰੁੱਪ ਦੇ ਵਿੱਚ ਮਿਲੀ ਹੈ ਉਸ ਨੂੰ ਡਾਕਟੋਰੇਟ ਦੀ ਡਿਗਰੀ ਮਿਲਨੀ ਸੀ ਹੁਣ ਭਾਰਤੀ ਮੂਲ ਦੇ ਵਿਦਿਆਰਥੀ ਦੀ ਮੌਤ ਤੇ ਅਧਿਕਾਰੀਆਂ ਦਾ ਇਹ ਕਹਿਣਾ ਕਿ ਉਸ ਨੇ ਆਪਣੇ ਸਿਰ ਦੇ ਵਿੱਚ ਗੋਲੀ ਮਾਰ ਕੇ ਆਤਮ ਹੱਤਿਆ ਕੀਤੀ ਹੈ ਉਦੋਂ ਸ਼ਿਕਾਗੋ ਦੇ ਵਿੱਚ ਅਣਪਛਾਤੇਆਂ ਦੇ ਹਮਲੇ ਦਾ ਸ਼ਿਕਾਰ ਬਣਿਆ ਭਾਰਤੀ ਆਈਈਟੀ ਵਿਦਿਆਰਥੀ ਸੈਦ ਮਜਾਹਰ ਅਲੀ ਹైదరాబాద్ ਨਾਲ ਸੰਬੰਧਿਤ ਦੱਸਿਆ ਗਿਆ ਐਂਤਵਾਰ ਤੋਂ ਭਾਰਤੀ ਵਿਦਿਆਰਥੀਆਂ ਤੇ ਹਮਲੇ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਨੇ ਤੇ ਇਕੱਲੇ ਸਾਲ 2024 ਦੇ ਵਿੱਚ ਅਜਹੀਆਂ 6 ਘਟਨਾਵਾ ਤਾਕ ਤੋਂ ਸਾਹਮਣੇ ਆ ਚੁੱਕਿਆ ਨੇ ਇੰਡੀਆਨਾ ਦੀ ਪਰਡਿਓ ਯੂਨੀਵਰਸਿਟੀ ਦਾ ਇੱਕ ਹੋਰ ਭਾਰਤੀ ਵਿਦਿਆਰਥੀ ਨੀਲ ਅਚਾਰੀਆ 28 ਜਨਵਰੀ ਨੂੰ ਲਾਪਤਾ ਹੋਣ ਦੇ ਕੁਝ ਦਿਨਾਂ ਬਾਅਦ ਮ੍ਰਿਤਕ ਪਾਇਆ ਗਿਆ ਸੀ ਬੀਤੇ ਕੱਲ ਸ਼ਿਕਾਗੋ ਸ਼ਹਿਰ ਦੇ ਵਿੱਚ ਸੂਚਨਾ ਟੈਕਨੋਲੋਜੀ ਦੀ ਪੜ੍ਹਾਈ ਕਰ ਰਹੇ ਇੱਕ ਹੋਰ ਭਾਰਤੀ ਵਿਦਿਆਰਥੀ ਤੇ ਬੇਰਹਿਮੀ ਦੇ ਨਾਲ ਹਮਲਾ ਕੀਤਾ ਗਿਆ ਸੀ ਸ਼੍ਰੀਲੰਕਾ ਸਾਲਾਂ ਤੋਂ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਤੋਂ ਬੇहद ਪਰੇਸ਼ਾਨ ਹੈ ਪਰ ਹੁਣ ਲੱਗਦਾ ਹੈ ਕਿ ਉਥੋਂ ਦੀ ਸਰਕਾਰ ਨੇ ਇਸ ਦੇ ਨਾਲ ਨਜਿੱਠਣ ਦਾ ਫੈਸਲਾ ਕਰ ਲਿਆ ਹੈ ਇਸ ਦੇ ਤਹਿਤ ਸ਼੍ਰੀਲੰਕਾ ਸਰਕਾਰ ਪਿਛਲੇ 50 ਦਿਨਾਂ ਤੋਂ ਮੁਹਿੰਮ ਚਲਾ ਰਹੀ ਹੈ ਤੇ ਇਸ ਮੁਹਿੰਮ ਦਾ ਨਾਮ ਯੁਕਤੀਆ ਜਿਸ ਨੂੰ ਸਿੰਘਲੀ ਭਾਸ਼ਾ ਦੇ ਵਿੱਚ ਨਿਆ ਕਿਹਾ ਜਾਂਦਾ ਹੈ ਇਸ ਮੁਹਿੰਮ ਤਹਿਤ ਹੁਣ ਤੱਕ 50000 ਤੋਂ ਵੱਧ ਨਸ਼ਾ ਤਸਕਰਾਂ ਤੇ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਇਸ ਇਲਾਵਾ ਲੱਖਾਂ ਰੁਪਏ ਦੇ ਨਸ਼ੀਲੇ ਪਦਾਰਥ ਵੀ ਜ਼ਬਤ ਕੀਤੇ ਗਏ ਨੇ 49000 ਤੋਂ ਵੱਧ ਗ੍ਰਿਫਤਾਰੀਆਂ ਨਸ਼ੇ ਨਾਲ ਦੀ ਦਸਿਆ ਜਾ ਰਹੀਆਂ ਨੇ ਜਦ ਕਿ 6000 ਤੋਂ ਵੱਧ ਲੋਕ ਅਪਰਾਧੀਆਂ ਦੀ ਸੂਚੀ ਦੇ ਵਿੱਚ ਨੇ ਯੁਕਤੀਆ ਮਹਮ 17 ਦਸੰਬਰ ਨੂੰ ਸ਼ੁਰੂ ਕੀਤੀ ਗਈ ਸੀ ਇਸ ਨੂੰ ਖਤਮ ਕਰਨ ਦੀ ਸਮਾਂ ਸੀਮਾ 30 ਜੂਨ ਰੱਖੀ ਗਈ ਹੈ ਸ਼੍ਰੀਲੰਕਾ ਪੁਲਿਸ ਹਰ ਰੋਜ਼ ਇਸ ਆਪਰੇਸ਼ਨ ਨੂੰ ਲੈ ਕੇ ਵਿਸਤ੍ਰਿਤ ਬਿਆਨ ਜਾਰੀ ਕਰ ਰਹੀ ਹੈ ਪੁਲਿਸ ਨੇ ਲੋਕਾਂ ਨੂੰ ਆਪਰੇਸ਼ਨ ਬਾਰੇ ਜਾਣਕਾਰੀ ਦੇਣ ਦੇ ਲਈ ਇੱਕ ਹੌਟਲਾਈਨ ਵੀ ਬਣਾਈ ਹੋਈ ਹੈ ਹੁਣ ਭਾਵੇਂ ਸਰਕਾਰ ਇਸ ਮਹਮ ਰਾਹੀਂ ਦੇਸ਼ ਦੇ ਵਿੱਚੋਂ ਨਸ਼ਿਆਂ ਦੇ ਕਾਰੋਬਾਰ ਨੂੰ ਖਤਮ ਕਰਨ ਦੀ ਗੱਲ ਕਰ ਰਹੀ ਹੋਵੇ ਪਰ ਫਿਰ ਵੀ ਇਸ ਨੂੰ ਦੁਨੀਆ ਦੇ ਕੁਝ ਹਿੱਸਿਆਂ ਤੋਂ ਆਲੋਚਨਾ ਦਾ ਸਾਮਨ ਕਰਨਾ ਪੈ ਰਿਹਾ ਹੈ ਆਲੋਚਕਾਂ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਸਵਾਲ ਖੜੇ ਕੀਤੇ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਸਥਾਨਕ ਮਨੁੱਖੀ ਅਧਿਕਾਰ ਕਮਿਸ਼ਨ ਵਕੀਲ ਸਮੂਹ ਵਰਕੇ ਕਈ ਹੋਰ ਅਧਿਕਾਰ ਸਮੂਹਾਂ ਦੀ ਨਿੰਦਾ ਦੇ ਬਾਵਜੂਦ ਇਹ ਕਾਰਵਾਈ ਲਗਾਤਾਰ ਚੱਰੀ ਹੈ ਇਹਨਾਂ ਸਮੂਹਾਂ ਨੇ ਦੋਸ਼ ਲਾਇਆ ਨੇ ਕਿ ਸ਼੍ਰੀਲੰਕਾ ਸਰਕਾਰ ਜੋ ਕਿ ਨਸ਼ਿਆਂ ਦੀ ਲਾਹਨਤ ਦੇ ਨਾਲ ਨਜਿੱਠਣ ਦੇ ਲਈ ਜਨਤਕ ਸਿਹਤ ਨੀਤੀਆਂ ਦੀ ਵਰਤੋਂ ਕਰ ਸਕਦੀ ਸੀ ਇਸ ਦੇ ਬਜਾਏ ਇੱਕ ਅਣਮਨੁੱਖੀ ਕਾਰਵਾਈ ਚਲਾ ਰਹੀ ਹੈ ਇਹ ਵੀ ਦੋਸ਼ ਨੇ ਕਿ 17 ਦਸੰਬਰ ਤੋਂ ਹੁਣ ਤੱਕ ਜਿਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਵਿੱਚ ਕੁਝ ਸ਼ਾਮਲੀ ਵੱਸਲੂਕੀ ਤੇ ਇਥੋਂ ਤੱਕ ਕਿ ਤਸਹੀਹੇ ਵੀ ਦਿੱਤੇ ਗਏ ਨੇ ਯੂਐਸਡੀ ਇੱਕਸੰਗੀ ਅਪੀਲ ਅਦਾਲਤ ਨੇ ਫੈਸਲਾ ਸੁਣਾ ਦਿੱਤਾ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ 2020 ਦੇ ਚੋਣ ਨਤੀਜਿਆਂ ਨੂੰ ਉਲਟਾਉਣ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਦੇ ਵਿੱਚ ਮੁਕਦਮੇ ਦਾ ਸਾਹਮਣਾ ਕਰ ਸਕਦੇ ਨੇ ਤੇ ਸਾਬਕਾ ਰਾਸ਼ਟਰਪਤੀ ਦਾ ਇਹ ਧਾਰਾ ਹੈ ਕਿ ਉਹਨਾਂ ਨੂੰ ਮੁਕਦਮੇ ਤੋਂ ਸੁਰੱਖਿਅਤ ਰੱਖਿਆ ਜਾਣਾ ਸਵੀਕਾਰਯੋਗ ਨਹੀਂ ਹੈ ਜਾਣਕਾਰੀ ਦੇ ਲਈ ਦੱਸਿਆ ਕਿ ਫੈਸਲਾ ਕਈ ਮਹੀਨਿਆਂ ਦੇ ਵਿੱਚ ਦੂਜੀ ਵਾਰ ਹੈ ਜਦੋਂ ਜੱਜਾਂ ਨੇ ਰਾਸ਼ਟਰਪਤੀ ਡੋਨਲਡ 트ੰਪ ਦੀ ਛੋਟੀਆਂ ਦਲੀਲਾਂ ਨੂੰ ਰੱਦ ਕੀਤਾ ਹੋਵੇ ਪਰ ਇਸ ਸਮੇਂ ਸਾਬਕਾ ਰਾਸ਼ਟਰਪਤੀ ਤੋਂ ਵਾਧੂ ਅਪੀਲਾਂ ਦੇ ਲਈ ਮੌਕਾ ਖੁੱਲ ਹੈ ਜੋ ਅਮਰੀਕੀ ਸੁਪਰੀਮ ਤੱਕ ਪਹੁੰਚ ਕਰ ਸਕਦੇ ਨੇ ਮੁਕਦਮੇ ਦੀ ਸੁਣਵਾਈ ਅਸਲ ਦੇ ਵਿੱਚ ਮਾਰਚ ਦੇ ਲਈ ਤੈਅ ਕੀਤੀ ਗਈ ਸੀ ਪਰ ਇਸ ਨੂੰ ਪਿਛਲੇ ਹਫਤੇ ਮੁਲਤਵੀ ਕਰ ਦਿੱਤਾ ਗਿਆ ਸੀ ਤੇ ਜੱਜ ਨੇ ਤੁਰੰਤ ਕੋਈ ਨਵੀਂ ਤਾਰੀਖ ਨਿਰਧਾਰਤ ਨਹੀਂ ਕੀਤੀ ਸੀ ਅਪੀਲੀ ਅਦਾਲਤ ਦਾ ਕਹਿਣਾ ਹੈ ਕਿ ਸਾਬਕਾ ਰਾਸ਼ਟਰਪਤੀ 트ੰਪ ਨੂੰ 2020 ਦੀਆਂ ਚੋਣਾਂ ਦੇ ਨਤੀਜਿਆਂ ਨੂੰ ਉਲਟਾਉਣ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ 'ਤੇ ਮੁਕਦਮਾ ਚਲਾਉਣ ਤੋਂ ਛੋਟ ਨਹੀਂ ਹੈ ਮੀਡੀਆ ਰਿਪੋਰਟਾਂ ਦੀ ਮਨੀਅਤਾ ਮੁਕਦਮੇ ਦੀ ਤਾਰੀਖ 트ੰਪ ਦੇ ਸਿਆਸੀ ਭਵਿੱਖ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ 트ੰਪ ਇਸ ਸਮੇਂ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦੀ ਦੌੜ ਦੇ ਵਿੱਚ ਸਭ ਤੋਂ ਅਗੇ ਨੇ ਜੇਕਰ 트럼ਪ ਰਾਸ਼ਟਰਪਤੀ ਚੋਣ ਦੇ ਵਿੱਚ ਰਾਸ਼ਟਰਪਤੀ ਜੋ ਬਾਈਡਨ ਨੂੰ ਹਰਾ ਦਿੰਦੇ ਨੇ ਤਾਂ ਆਟੌਨੀ ਜਨਰਲ ਨੂੰ ਆਪਣੇ ਵਿਰੁੱਧ ਚੱਲ ਰਹੇ ਕੇਸਾਂ ਨੂੰ ਖਰਜ ਕਰਨ ਦਾ ਹੁਕਮ ਵੀ ਦੇ ਸਕਦੇ ਨੇ ਜਾਂ ਉਹ ਆਪਣੇ ਦੇ ਲਈ ਮਾਫੀ ਮੰਗ ਸਕਦੇ ਨੇ ਸਾਲ 2024 ਅਮਰੀਕਾ ਦੇ ਵਿੱਚ ਰਾਸ਼ਟਰਪਤੀ ਚੋਣਾਂ ਦੇ ਲਈ ਬਹੁਤ ਘੱਟ ਸਮਾਂ ਬਚਿਆ ਜਿਸ ਕਾਰਨ ਸਿਆਸੀ ਬਿਆਨਬਾਸੀ ਵੀ ਤੇਜ਼ ਹੋ ਗਈ ਹੈ। ਰਾਸ਼ਟਰਪਤੀ ਚੋਣਾਂ ਦੇ ਵਿੱਚ ਰਿਪਬਲਿਕਨ ਪਾਰਟੀ ਦੀ ਉਮੀਦਵਾਰ ਬਣਨ ਦੀ ਦੌੜ ਦੇ ਵਿੱਚ ਸ਼ਾਮਲ ਨਿੱਕੀ ਹੇਲੀ ਨੇ ਇਨੀ ਦਿਨੀ ਭਾਰਤ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦਾ ਨਾਮ ਲਏ ਬਿਨਾ ਨਿੱਕੀ ਹੇਲੀ ਨੇ ਕਿਹਾ ਕਿ ਭਾਰਤ ਅਮਰੀਕਾ ਦਾ ਪਾਈਵਾਲ ਬਾਨਾ ਚਾਹੁੰਦਾ ਹੈ ਪਰ ਫਿਲਹਾਲ ਉਹਨਾਂ ਨੂੰ ਅਮਰੀਕਿਆਂ ਦੀ ਅਗਵਾਈ ਤੇ ਭਰੋਸਾ ਨਹੀਂ ਹੈ। ਨਿੱਕੀ ਹੇਲੀ ਨੇ ਇਹ ਵੀ ਕਿਹਾ ਕਿ ਨਵੀਂ ਦਿੱਲੀ ਦੇ ਮੌਜੂਦਾ ਆਲਮੀ ਹਾਲਾਤ ਦੇ ਵਿੱਚ ਚੁਸਤੀ ਦੇ ਨਾਲ ਖੇਡਿਆ ਤੇ ਰੂਸ ਦੇ ਨਾਲ ਨੇੜਤਾ ਬਣਾਈ ਹੈ ਫੋਕਸ ਬਿਜ਼ਨਸ ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ 51 ਸਾਲਾ ਨਿਕੇ ਹੈਲੀ ਨੇ ਕਿਹਾ ਕਿ ਮੌਜੂਦਾ ਸਮੇਂ ਦੇ ਵਿੱਚ ਭਾਰਤ ਅਮਰੀਕਾ ਨੂੰ ਕਮਜ਼ੋਰ ਸਮਝਦਾ ਹੈ ਉਹਨਾਂ ਨੇ ਕਿਹਾ ਕਿ ਮੈਂ ਭਾਰਤ ਦੇ ਨਾਲ ਵੀ ਸਮਝੌਤਾ ਕੀਤਾ ਹੈ ਪੀਐਮ ਮੋਦੀ ਦੇ ਨਾਲ ਗੱਲਬਾਤ ਕੀਤੀ ਹੈ ਭਾਰਤ ਸਾਡੇ ਨਾਲ ਭਾਈਵਾਲ ਬਣਨਾ ਚਾਹੁੰਦਾ ਤੇ ਉਹ ਰੂਸ ਦੇ ਨਾਲ ਭਾਈਵਾਲ ਨਹੀਂ ਬਣਨਾ ਚਾਹੁੰਦਾ ਨਿਕੇ ਹੈਲੀ ਨੇ ਕਿਹਾ ਕਿ ਸਮੱਸਿਆ ਇਹ ਹੈ ਕਿ ਭਾਰਤ ਨੂੰ ਸਾਡੀ ਲੀਡਰਸ਼ਿਪ ਤੇ ਭਰੋਸਾ ਨਹੀਂ ਹੈ ਉਹ ਇਸ ਵੇਲੇ ਦੇਖਦੇ ਨੇ ਕਿ ਅਸੀਂ ਕਮਜ਼ੋਰ ਹਾਂ ਉਹਨਾਂ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਚੁਸਤ ਰੂਸ ਤੇ ਖੇਡਿਆ ਅਤੇ ਇਸੇ ਦੇ ਲਈ ਉਹ ਰੂਸ ਤੇ ਨੇੜੇ ਨੇ ਕਿਉਂਕਿ ਇੱਥੋਂ ਹੀ ਉਹਨਾਂ ਨੂੰ ਬਹੁਤ ਸਾਰਾ ਫੌਜੀ ਸਾ ਜੋ ਸਨਮਾਨ ਮਿਲਦਾ ਹੈ ਇਸ ਦੇ ਨਾਲ ਹੀ ਦੱਸਿਆ ਕਿ ਆਯੋਵਾ ਦੇ ਅਤੇ ਨਿਊ ਹੈਮਸ਼ਾਇਰ ਤੋਂ ਬਾਅਦ ਰਿਪਬਲਿਕਨ ਪਾਰਟੀ ਦੇ ਵਿੱਚ ਡੋਨਲਡ ਟਰੰਪ ਤੋਂ ਨਾਮਜ਼ਦਗੀ ਦੀ ਦੌੜ ਦੇ ਵਿੱਚ ਨਿੱਕੀ ਹੈਲੀ ਨੂੰ ਨਿਵਾੜਾ ਦੇ ਵਿੱਚ ਵੀ ਕਰਾਰਾ ਝਟਕਾ ਲੱਗਾ ਕੈਨੇਡਾ ਦੇ ਬ੍ਰੈਂਪਟਨ ਇਲਾਕੇ ਦੇ ਵਿੱਚ ਪੁਲਿਸ ਨੇ ਅਪਰਾਧੀਆਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਬ੍ਰੈਂਪਟਨ ਪੁਲਿਸ ਨੇ ਰੰਗਦਾਰੀ ਮੰਗਣ ਦੇ ਤਿੰਨ ਮਾਮਲੇ ਦੇ ਵਿੱਚ ਪੰਜ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਕਿ ਫੜੇ ਗਏ ਮੁਲਜ਼ਮਾ ਦੇ ਵਿੱਚ ਦੋ ਔਰਤਾਂ ਵੀ ਸ਼ਾਮਲ ਦੱਸੀਆਂ ਜਾ ਰਹੀਆਂ ਨੇ। ਅਨਮੋਲਦੀਪ ਸਿੰਘ, ਗਗਨ ਅਜੀਤ ਸਿੰਘ, ਅਰुणਦੀਪ ਥਿੰਦ, ਹਰਸ਼ਮੀਤ ਕੌਰ ਤੇ ਆਇਮਨ ਜੋਤ ਕੌਰ ਕਥਿਤ ਤੌਰ ਤੇ ਇਹਨਾਂ ਲੋਕਾਂ ਦੇ ਵਿੱਚ ਸ਼ਾਮਲ ਨੇ। ਇਹਨਾਂ ਤੇ ਇਲਜ਼ਾਮ ਨੇ ਕਿ ਇਹ ਲੋਕਾਂ ਨੂੰ ਡਰਾ ਧਮਕਾ ਕੇ ਉਹਨਾਂ ਦੇ ਕੋਲੋਂ ਫਿਰੌਤੀਆਂ ਮੰਗਦੇ ਸਨ। ਪੁਲਿਸ ਇਹਨਾਂ ਤੋਂ ਪੁੱਛਗਿੱਛ ਕਰ ਰਹੀ ਹੈ। ਦੱਸਿਆ ਕਿ ਪੁਲਿਸ ਨੇ ਇਹਨਾਂ ਤੇ ਪ੍ਰਤੀ ਦੇਲੀ ਧਮਕੀਆਂ ਦੇ ਅਕੋਲਾ ਕਰਨ ਤੇ ਨਾਜਾਇਜ਼ ਹਥਿਆਰ ਰੱਖਣ ਸਣੇ ਵੱਖ-ਵੱਖ ਦੋਸ਼ਾਂ ਦੇ ਹੇਠ ਮਾਮਲਾ ਦਰਜ ਕੀਤਾ ਹੈ ਕੈਨੇਡਾ ਦੀ ਈਆਈਟੀਐਫ ਨੇ ਵੱਡੀ ਕਾਰਵਾਈ ਕੀਤੀ ਹੈ ਕੈਨੇਡਾ ਦੇ ਕਈ ਕਾਰੋਬਾਰੀਆਂ ਤੋਂ ਇਹਨਾਂ ਦੇ ਵੱਲੋਂ ਫਿਰੋਤੀ ਮੰਗੀ ਗਈ ਸੀ ਤੇ ਇਹ ਫਿਰੋਤੀ ਸੋਸ਼ਲ ਮੀਡੀਆ ਜ਼ਰੀਏ ਮੈਸੇਜ ਦੇ ਰਾਹੀਂ ਮੰਗੀ ਗਈ ਸੀ ਇਹਨਾਂ ਦੇ ਵੱਲੋਂ ਰੰਗਦਾਰੀ ਮੰਗੀ ਜਾਂਦੀ ਸੀ ਇਹਨਾਂ ਪੰਜ ਜਾਣਤੇ 29 ਦੇਕਰੀ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਨੇ ਕਾਰਵਾਈ ਦੌਰਾਨ ਇਹਨਾਂ ਮੁਲਜ਼ਮਾਂ ਤੋਂ ਪੰਜਾਬ ਮੋਬਾਈਲ ਫੋਨ 11 ਲੈਪਟਾਪ ਨਕਦੀ ਹਥਿਆਰ ਤੇ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ ਫਿਲਹਾਲ ਵੌਲਟ ਅਪਡੇਟ ਦੇ ਵਿੱਚ ਅਸਲੀ ਇਨਾ ਹੀ ਮਨੋਦਿਲ ਜਾਸ ਤਨਵਾਲ